ਦਾਸ ਸਾਹਿਬ ਕਹਿੰਦੇ ਜਿਨ੍ਹਾਂ ਨੇ ਜਾ ਕੇ ਅੰਮ੍ਰਿਤ ਵੇਲੇ ਗੁਰੂ ਕਾ ਦਰਸ਼ਨ ਕੀਤਾ ਹੈ, ਬਲਿਹਾਰੀ ਤਿੰਨਾਂ ਗੁਰਸਿੱਖਾਂ ਜਾਏ ਜਿਨ੍ਹਾਂ ਗੁਰਦਰਸ਼ਨ ਡਿੱਠਾ। ਆਪਾਂ ਨੂੰ ਗੁਰਮੁਖਾਂ ਨੇ ਬਚਨ ਸੁਣਾਏ, ਆਪਣੇ ਸੇਵਕ ਕੀ ਆਪੇ ਰੱਖੈ। ਵਾਹਿਗੁਰੂ ਆਪਣੇ ਸੇਵਕ ਦੀ ਫਿਰ ਰੱਖਦਾ ਕਿਵੇਂ ਹੈ? ਆਪੇ ਨਾਮ ਜਪਾਵੈ, ਉਹ ਨਾਮ ਵੀ ਆਪ ਜਪਾਉਂਦਾ ਹੈ ਅਤੇ ਸੇਵਕ ਦੀ ਇੱਜ਼ਤ ਵੀ ਆਪ ਰੱਖਦਾ ਹੈ। ਅਤੇ ਭਾਈ ਗੁਰਦਾਸ ਸਾਹਿਬ ਕਹਿੰਦੇ ਨੇ, ਮੈਂ ਫਿਰ ਉਸ ਗੁਰਸਿੱਖ ਤੋਂ ਕੁਰਬਾਨ ਜਾਂਦਾ, ਬਲਿਹਾਰ ਜਾਂਦਾ ਹੈ, ਜਿਨ੍ਹਾਂ ਨੇ ਆਲਸ ਨੂੰ ਤਿਆਗ ਦਿੱਤਾ, ਜਿਨ੍ਹਾਂ ਨੇ ਅੰਮ੍ਰਿਤ ਵੇਲੇ ਸਾਰ ਨਵੰਦੇ ਸਰੋਵਰ ਪਾਣੀ ਵਿੱਚ ਇਸ਼ਨਾਨ ਕੀਤਾ ਹੈ ਅਤੇ ਗੁਰੂ ਘਰ ਦਾ ਰਾਹ ਫੜ ਲਿਆ ਹੈ, ਅਤੇ ਜਦੋਂ ਘਰੋਂ ਤੁਰੇ ਨੇ ਉਹਨਾਂ ਦੇ ਮੁੱਖ ਤੋਂ ਵਾਹਿਗੁਰੂ ਵਾਹਿਗੁਰੂ ਸ਼ਬਦ ਦੀ ਆਵਾਜ਼ ਹੈ, ਫਿਰ ਗੁਰੂ ਕੀ ਸੰਗਤ ਵਿੱਚ ਅਤ ਨਿਮਰਤਾ ਨਾਲ ਇਹਨਾਂ ਦਹਿਲੀਜ਼ਾਂ ਨੂੰ ਪਾਰ ਕੀਤਾ ਹੈ, ਗੁਰੂ ਗ੍ਰੰਥ ਸਾਹਿਬ ਦੇ ਚਰਨਾਂ ਵਿੱਚ ਸਿਰ ਝੁਕਾ ਕੇ ਗੁਰੂ ਕੀ ਸੰਗਤ ਵਿੱਚ ਸੱਜ ਗਏ ਨੇ। ਭਾਈ ਸਾਹਿਬ ਦੇ ਬਚਨ ਨੇ, ਬਲਿਹਾਰੀ ਤਿੰਨਾਂ ਗੁਰਸਿੱਖਾਂ ਜਾਏ ਜਿੰਨਾ ਗੁਰਦਰਸ਼ਨ ਡਿੱਠਾ, ਬਲਿਹਾਰੀ ਤਿੰਨਾਂ ਗੁਰਸਿੱਖਾਂ। ਫਿਰ ਕਹਿਣ ਲੱਗੇ, ਮੈਂ ਉਹਨਾਂ ਤੋਂ ਕੁਰਬਾਨ ਹਾਂ, ਉਹਨਾਂ ਗੁਰਸਿੱਖਾਂ ਤੋਂ। ਪੈਰੀ ਪੈ ਗੁਰ ਸਭਾ ਬਿਠਾ, ਆਉਂਦਿਆਂ ਉਹ ਪੈਰੀ ਪਏ ਨੇ, ਸਭ ਤੋਂ ਪਹਿਲਾਂ ਚਰਨੀ ਪਏ ਨੇ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਹਜ਼ੂਰ ਚਰਨਾਂ ਵਿੱਚ ਉਹਨਾਂ ਨੇ ਸੀਸ ਝੁਕਾਇਆ ਔਰ ਗੁਰੂ ਸਭਾ ਦੇ ਵਿੱਚ ਬੈਠ ਗਏ ਨੇ। ਗੁਰੂ ਸਭਾ ਦਾ ਅਰਥ ਹੈ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ, ਹਜ਼ੂਰੀ ਵਿੱਚ ਸਜੇ ਹੋਏ ਦੀਵਾਨ ਵਿੱਚ ਗੁਰਸਿੱਖ ਬੈਠ ਗਏ ਨੇ। ਜਿਹੜਾ ਗੁਰਸਿੱਖ ਬੈਠ ਗਿਆ, ਮੈਂ ਉਹਦੇ ਅੱਗੇ ਆਪਣਾ ਬਲ ਹਾਰ ਦਿੱਤਾ। ਗੁਰਮੁਖੋ, ਭਾਈ ਸਾਹਿਬ ਭਾਈ ਗੁਰਦਾਸ ਜੀ ਦੀਆਂ ਵਾਰਾਂ ਸੰਬੰਧੀ ਵਿਦਵਾਨਾਂ ਨੇ ਆਖਿਆ ਹੈ ਕਿ ਗੁਰਮਤ ਦੀ ਇਹ ਕੁੰਜੀ ਹੈ, ਜਿਹਨੇ ਇਸ ਘਰ ਦੇ ਵਿੱਚ ਪ੍ਰਵੇਸ਼ ਕਰਨਾ ਹੈ, ਜਿਹਨੇ ਗੁਰਮਤ ਦਾ, ਜਿਹਨੇ ਗੁਰਸਿੱਖੀ ਦਾ, ਜਿਹਨੇ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਆਸ਼ੇ ਨੂੰ ਸਮਝਣਾ ਹੈ, ਉਹਨਾਂ ਨੂੰ ਭਾਈ ਗੁਰਦਾਸ ਸਾਹਿਬ ਜੀ ਦੀ ਬਾਣੀ ਜ਼ਰੂਰ ਪੜ੍ਹਨੀ ਚਾਹੀਦੀ ਹੈ। ਭਾਈ ਗੁਰਦਾਸ ਸਾਹਿਬ ਜੀ ਦੀ ਬਾਣੀ ਪੜ੍ਹਨੀ ਤਾਂ ਅਸੀਂ ਕੀ, ਸਾਡੇ ਕੋਲ ਤਾਂ ਇੰਨਾ ਸਮਾਂ ਨਹੀਂ ਕਿ ਅਸੀਂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਕੋਈ ਬਚਨ ਪੜ੍ਹ ਕੇ ਪੱਲੇ ਮੰਨ ਸਕੀਏ, ਕਿਉਂਕਿ ਜੀਵਨ ਵਿੱਚ ਪਦਾਰਥ ਦੀ ਇੰਨੀ ਕੁ ਦੌੜ ਹੈ, ਸਵੇਰ ਤੋਂ ਸ਼ਾਮ ਤੱਕ, ਸ਼ਾਮ ਤੋਂ ਸਵੇਰ ਤੱਕ। ਮਨੁੱਖ ਦੀ ਸੁਰਤ ਕੇਵਲ ਇਸ ਸੰਸਾਰ ਦੇ ਬਾਹਰਲੇ ਜੀਵਨ ਨੂੰ ਬਣਾਉਣ ਵਿੱਚ ਲੱਗੀ ਹੋਈ ਹੈ, ਅੰਦਰ ਦੇ ਜੀਵਨ ਵੱਲ ਨਹੀਂ। ਤੋ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚਾ ਪਾਤਸ਼ਾਹ ਸਾਡੇ 'ਤੇ ਕਿਰਪਾ ਕਰਨ, ਸਾਨੂੰ ਇਹ ਸੋਝੀ ਦੇਣ। ਭਾਈ ਗੁਰਦਾਸ ਸਾਹਿਬ ਜੀ ਦੀ ਬਾਣੀ ਸੱਚਮੁੱਚ ਗੁਰਸਿੱਖੀ ਦ੍ਰਿੜ ਕਰਵਾਉਂਦੀ ਹੈ, ਸੱਚਮੁੱਚ ਗੁਰਸਿੱਖੀ ਦੇ ਅਸੂਲ ਦੱਸਦੀ ਹੈ। ਸੱਚਮੁੱਚ ਭਾਈ ਗੁਰਦਾਸ ਸਾਹਿਬ ਨੇ ਪੁਰਾਤਨ ਸਿੱਖਾਂ ਦਾ ਜੀਵਨ ਤੱਕਿਆ ਹੈ, ਉਹਨਾਂ ਨੇ ਗੁਰੂ ਅਮਰਦਾਸ ਜੀ ਤੋਂ ਸੰਥਿਆ ਕੀਤੀ ਹੈ। ਭਾਈ ਗੁਰਦਾਸ ਸਾਹਿਬ ਜੀ ਨੇ ਗੁਰੂ ਅਮਰਦਾਸ ਜੀ ਦੇ ਘਰ ਦੇ ਜੂਠੇ ਬਰਤਨ ਮਾਂਜੇ ਨੇ। ਭਾਈ ਗੁਰਦਾਸ ਸਾਹਿਬ ਨੇ ਭਾਈ ਜੇਠਾ ਸਾਹਿਬ ਨੂੰ ਅੱਖੀਂ ਹੱਥੀਂ ਸੇਵਾ ਕਰਦਿਆਂ ਬੌਲੀ ਸਾਹਿਬ ਦੀ ਅੱਖੀਂ ਤੱਕਿਆ ਹੈ। ਭਾਈ ਗੁਰਦਾਸ ਸਾਹਿਬ ਨੇ ਆਪਣੀ ਭੈਣ ਜੀ ਬੀਬੀ ਭਾਨੀ ਸਾਹਿਬ ਜੀ, ਭਾਈ ਸਾਹਿਬ ਜੀ ਦੀ ਰਿਸ਼ਤੇ ਵਿੱਚੋਂ ਭੈਣ ਜੀ ਲੱਗਦੇ ਨੇ, ਆਪ ਗੁਰੂ ਅਮਰਦਾਸ ਸਾਹਿਬ ਜੀ ਦੇ ਭਤੀਜੇ ਹਨ। ਭਾਈ ਗੁਰਦਾਸ ਸਾਹਿਬ ਨੇ ਦੇਖਿਆ ਹੈ ਜਿਨ੍ਹਾਂ ਨੇ ਚੌਥੇ ਥਾਂ 'ਤੇ ਗੁਰਤਾ ਗੱਦੀ ਪ੍ਰਾਪਤ ਕੀਤੀ, ਉਹਨਾਂ ਨੂੰ ਮਹੱਲਾਂ ਦੇ ਵਿੱਚ ਬੈਠਿਆਂ ਨੂੰ ਨਹੀਂ ਮਿਲੀ, ਉਹਨਾਂ ਨੇ ਸਿਰ 'ਤੇ ਮਿੱਟੀ ਦੇ ਟੋਕਰੇ ਚੁੱਕੇ ਨੇ। ਭਾਈ ਗੁਰਦਾਸ ਸਾਹਿਬ ਨੇ ਤੱਕਿਆ ਹੈ ਧੰਨ ਭੈਣ ਜੀ, ਭੈਣ ਭਾਨੀ ਜੀ ਦੀ ਸੇਵਾ,
धन धन गुरु रामदास साहब जी की सेवा जिन्हां विच अत निम्रता जिन्हां ने गुरसिखी कमाई है। भाई साहब ने फिर उन्होंने जीवन तो सीख के ये बचन लिख दिते। धन भाई बुढ़ा साहब जी के जीवन तो वेख के उन्हां तो सीख के भाई गुरदास साहब ने बचन लिखे ने। फिर आप गुरु अर्जन साहब जी के दीदार किते। गुरु अर्जन साहब पहले गुरु पुत्र ने जिन्हां नूं गुरता गद्दी की दात प्राप्त हुई है, इस तो पहला नहीं, पहले गुरु पुत्र। ते ए दर्शन भाई गुरदास साहब ने अखी किते ने। एक माया दा लालची बाबा पृथ्वी चंद, दूजा अपने पिता की आग्ञा ना मनन वाला बाबा महादेव, तीजे गुरु अर्जन साहब जिन्हां ने अमृत वेले सवा पैर रात रहिंदिया इशनान करना है, इशनान करके उस थान की सफाई करनी, दरियां झाड़नियां जिथे गुरु रामदास जी का दरबार लगना हुंदा सी। फिर आप बैठ के गुरसिखां विच कीर्तन करदे सन, फिर गुरसिखां वास्ते लंगर प्रशादा तैयार करदे सी, फिर गुरसिख जेड़े थक जांदे उन्हां दे चरण घुटदे, फिर जदों कार सेवा लगदी उहदे विच सिर ते टोकरी चुकदे। सारा दिन बतीत हो जांदा, फिर शाम दे दीवानां दी तैयारी, शाम दी रहरास साहिब दे विच जुड़ के संगत नूं प्रशादा छका के फिर सारिआं नूं जदों समानता संभालता, फिर आप बिराजदे सन। ऐवें नहीं गुरु अर्जन साहिब जी दे सिर उपर छत्र चुले, ऐवें नहीं सतगुरु की बाणी ने कहा गुर अर्जुन परतख हर। गुरु अर्जन साहब पाठ साहब कहिंदे मैं तख्या है, संसार वालिओ किसी ने रब देखिया नहीं देखिया, पर मैं गुरु अर्जन साहब जी नूं परतख परमात्मा देख चुका हाँ। वो गुरु अर्जन साहब जी दे चरणा दे श्रद्धालु, गुरु अर्जन साहब जी दे चरणा दा सेवक भाई गुरदास साहब लिखते ने, तको हाँ साडे विच कोई ऐसा गुरसिख है, ऐसे गुरसिख दे लक्षण जीवन निशानियां हन साडे विच, जे हैन तां असीं बहुत वडभागे हाँ, जे नहीं हैन तां भाई गुरदास साहब दे आखे लग जाइए। और गुरु नानक साहब जी दे सिख बनन वास्ते इन्हां बचना ते जरूर पहरा दईए जी। भाई साहब लिखते ने बलिहारी तिन्ना गुरसिखा, जाए जिन्ना गुर दर्शन डिठा, बलिहारी तिन्ना गुरसिखा। मैं उन्हां गुरसिखा तो कुर्बान हाँ, पैरी पै गुर सभा बहिठा, बहिठा दर्थ बहना, पैरी पैंदे ने सतगुरु दे आके, पैरी पैंदे ने गुरसिखां दे आ के, इन्नी अत दर्जे की निम्रता, पैरी पैह के बैठते ने। बलिहारी तिन्ना गुरसिखां, गुरमत बोल बोल दे मिठा, गुरमत बोल बोल दे मिठा। मैं उन्हां सिखां तो कुर्बान जेड़ा गुरु के दर्शन करते ने, जेड़े गुरसिख गुरु सभा दीवान विच बैठते ने, इत्थे बैठ के फिर वह अपने घर दीआं गल्लां नहीं करदे, इत्थों फिर जाके बाहर किसी की निंदिया नहीं करदे, किसी की चुगली नहीं करदे, किसी के कपड़िआं नूं वेख के उहदी शोभा नहीं करदे, किसी के गरीब कपड़िआं नूं वेख के उहदी आलोचना नहीं करदे। वह तां देखदे ने सतगुरु दे बचना नूं, वह तो करते ने हजूर के दर्शना नूं, ते इत्थे बैठ के वो फिर गुरमत बोल बोल दे मिठा, गुरु की मत लैके अपनी रसना तो मिठा बोलते ने। केड़ा मिठा बोल, जेड़ा गुरु अर्जन देव जी दे परमात्मा का बचन है। गुरु अर्जन साहब जी नूं पुछगे, उन्होंने कहा मिठ बोलड़ा जी हर सज्जन स्वामी मोरा। ओ जेड़ा मिठा बोल है सज्जन दा,
ਗੁਰੂ ਕੇ ਸਿੱਖ ਉਸ ਮਿੱਠੇ ਬੋਲ ਨੂੰ ਬੋਲਦੇ ਨੇ। ਉਹ ਮਿੱਠਾ ਬੋਲ ਜਦੋਂ ਗੁਰਸਿੱਖ ਬੋਲਦੇ ਨੇ, ਭਾਈ ਗੁਰਦਾਸ ਸਾਹਿਬ ਕਹਿੰਦੇ ਉਹਨਾਂ ਦੇ ਚਰਨਾਂ ਦੀ ਮਿੱਟੀ ਦਿਓ, ਮੈਂ ਆਪਣੇ ਚਰਨਾਂ 'ਤੇ ਉਸ ਧੂੜੀ ਨੂੰ ਲਾ ਕੇ ਪਵਿੱਤਰ ਕਰ ਲਵਾਂ ਆਪਣੇ ਆਪ ਨੂੰ। ਮਹਾਰਾਜ ਭਾਈ ਗੁਰਦਾਸ ਸਾਹਿਬ ਜੀ ਆਪ ਨੂੰ ਇਹਨਾਂ ਸਿੱਖਾਂ ਨਾਲ ਪਿਆਰ? ਕਹਿੰਦੇ ਜੀ ਹਾਂ, ਇਹਨਾਂ ਸਿੱਖਾਂ ਨਾਲ ਪਿਆਰ। ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਬਾਣੀ, ਇੱਕ ਵਾਰ ਗੁਰੂ ਰਾਮਦਾਸ ਸਾਹਿਬ ਨੇ 12 ਤੇ ਵਧੀਕ ਵਿੱਚ ਇਹ ਬਚਨ ਲਿਖ ਦਿੱਤੇ ਨੇ ਕਿ ਗੁਰਸਿੱਖਾਂ ਕੀ ਹਰ ਧੂੜ ਦੇ, ਹਮ ਪਾਪੀ ਪੀ ਗਤ ਪਾਹੇ। ਨਾਮ ਜਪਣ ਵਾਲਿਆਂ ਦੀ ਚਰਨ ਧੂੜੀ ਸਾਨੂੰ ਮਿਲੇ ਅਤੇ ਅਸੀਂ ਜੀਵਨ 'ਚ ਵੱਡੇ ਵੱਡੇ ਪਾਪ ਅਤੇ ਗੁਨਾਹ ਕੀਤੇ ਨੇ, ਅਤੇ ਜੇ ਕਿਤੇ ਨਾਮ ਜਪਣ ਵਾਲਿਆਂ ਦੀ ਸੰਗਤ ਮਿਲ ਜਾਏ, ਚਰਨ ਧੂੜੀ ਮਿਲੇ, ਮੱਥੇ 'ਤੇ ਲਾ ਕੇ ਪਾਪ ਕੱਟ ਲਈਏ। ਭਾਈ ਗੁਰਦਾਸ ਸਾਹਿਬ ਲਿਖਦੇ ਨੇ, ਬਲਿਹਾਰੀ ਤਿੰਨਾ ਗੁਰਸਿੱਖਾਂ, ਗੁਰਮਤ ਬੋਲ ਬੋਲ ਦੇ ਮਿੱਠਾ। ਬਲਿਹਾਰੀ ਤਿੰਨਾ ਗੁਰਸਿੱਖਾਂ, ਗੁਰ ਸੇਵਾ ਜਾਨਣ ਅਬਰਿੱਠਾ। ਅਬਰਿੱਠਾ ਦਾ ਅਰਥ ਹੈ ਪਿਆਰੀ, ਅਬਰਿੱਠਾ ਦਾ ਅਰਥ ਹੈ ਚੰਗੀ, ਅਬਰਿੱਠਾ ਦਾ ਅਰਥ ਹੈ ਮੁਹੱਬਤ ਵਾਲੀ। ਮੈਂ ਉਹਨਾਂ ਗੁਰਸਿੱਖਾਂ ਤੋਂ ਕੁਰਬਾਨ ਹਾਂ, ਮੈਂ ਉਹਨਾਂ ਗੁਰਸਿੱਖਾਂ ਤੋਂ ਬਲਿਹਾਰ ਹਾਂ ਜਿਹੜੇ ਗੁਰੂ ਕੀ ਸੇਵਾ ਨੂੰ ਪਿਆਰੀ ਕਰਕੇ ਜਾਣਦੇ ਨੇ। ਗੁਰੂ ਕੀ ਸੇਵਾ ਨੂੰ ਬਦੂ ਰੁੱਦੀ ਨਹੀਂ, ਗੁਰੂ ਕੀ ਸੇਵਾ ਨੂੰ ਮੁਹੱਬਤ ਕਰਦੇ ਨੇ, ਮੈਂ ਉਹਨਾਂ ਸਿੱਖਾਂ ਤੋਂ ਕੁਰਬਾਨ ਹਾਂ। ਸੇਵਾ ਗੁਰਮੁਖੋ ਕਈ ਤਰ੍ਹਾਂ ਦੀ, ਬਾਣੀ ਪੜ੍ਹਨ ਦੀ ਸੇਵਾ, ਸੰਗਤ ਨੂੰ ਪੱਖਾ ਝੱਲਣ ਦੀ ਸੇਵਾ, ਪ੍ਰਸ਼ਾਦੇ ਪਕਾਉਣ ਦੀ ਸੇਵਾ, ਬਰਤਨ ਮਾਂਜਣ ਦੀ ਸੇਵਾ, ਬਾਣੀ ਦੇ ਪ੍ਰਚਾਰ ਕਰਨ ਦੀ ਸੇਵਾ, ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ 'ਤੇ ਚੌਰ ਸਾਹਿਬ ਕਰਨ ਦੀ ਸੇਵਾ, ਨਿਤਨੇਮ ਕਰਨ ਦੀ ਸੇਵਾ, ਔਰ ਬੈਠ ਕੇ ਸਿਮਰਨ ਕਰਨ ਦੀ ਸੇਵਾ, ਕਿੰਨੀਆਂ ਸੇਵਾਵਾਂ ਨੇ। ਕਿਸੇ ਗਰੀਬ ਦੀ ਬਾਂਹ ਫੜਨ ਦੀ ਸੇਵਾ, ਕਿਸੇ ਨੂੰ ਨਸ਼ਾ ਛਡਾਉਣ ਦੀ ਸੇਵਾ, ਕਿਸੇ ਦੇ ਸੱਟ ਪੇਟ ਲੱਗੀ ਉਹਦੀ ਮਦਦ ਕਰਨ ਦੀ ਸੇਵਾ, ਕਿਸੇ ਗਰੀਬ ਦੀ ਬੱਚੀ ਨੂੰ ਘਰੋਂ ਤੋਰਨ ਦੀ ਸੇਵਾ, ਕਿਸੇ ਠਰਦੇ ਨੂੰ ਕੱਪੜੇ ਦੇਣ ਦੀ ਸੇਵਾ, ਔਰ ਆਪਣੇ ਮਨ ਨੂੰ ਗੁਰੂ ਨੂੰ ਵੇਚ ਦੇਣ ਦੀ ਸੇਵਾ। ਸਭ ਤੋਂ ਵੱਡੀ ਸੇਵਾ ਮਨ ਵੇਚੈ ਸਤਿਗੁਰੂ ਕੈ ਪਾਸ, ਤਿਸ ਸੇਵਕ ਕੇ ਕਾਰਜ ਰਾਸ। ਇਹ ਵੀ ਬਹੁਤ ਵੱਡੀ ਸੇਵਾ। ਹੋਰ ਸੇਵਾ ਕਰਦਿਆਂ, ਸੇਵਾ ਕਰਦਿਆਂ ਨਿਸ਼ਕਾਮ ਹੋ ਜਾਣਾ, ਇਹ ਉਸ ਤੋਂ ਵੀ ਵੱਡੀ ਸੇਵਾ। ਸੇਵਾ ਕਰਦਿਆਂ ਮਨ ਵਿੱਚ ਮਾਨ ਨਾ ਆਵੇ, ਬਾਣੀ ਕੰਠ ਕਰਦਿਆਂ ਮਨ ਵਿੱਚ ਮਾਨ ਨਾ ਆਵੇ, ਬਾਣੀ ਦੀਆਂ ਪੋਥੀਆਂ ਲਿਖ ਲਿਖ ਕੇ ਵੰਡਣ ਦੀ ਸੇਵਾ, ਪਰ ਮਨ ਵਿੱਚ ਮਾਨ ਨਾ ਆਵੇ, ਮਨ ਮਾਣ ਤੋਂ ਬਿਨਾਂ ਰਹੇ। ਗੁਰਮਤ ਵਿੱਚ ਨਿਮਾਣੇ ਨੂੰ ਮਾਣ ਮਿਲਦਾ, ਮਾਣ ਵਾਲੇ ਨੂੰ ਇੱਥੇ ਝੂਟਾਂ ਖਾਣੀਆਂ ਪੈਂਦੀਆਂ ਨੇ। ਭਾਈ ਸਾਹਿਬ ਭਾਈ ਗੁਰਦਾਸ ਜੀ ਦੇ ਬਚਨ ਯਾਦ ਰੱਖੀਏ। ਭਾਈ ਸਾਹਿਬ ਲਿਖਦੇ ਨੇ, ਬਲਿਹਾਰੀ ਤਿੰਨਾ ਗੁਰਸਿੱਖਾਂ, ਗੁਰ ਸੇਵਾ ਜਾਨਣ ਅਬਰਿੱਠਾ। ਗੁਰੂ ਕੀ ਸੇਵਾ ਨੂੰ ਜੋ ਮਿੱਠੀ ਕਰਕੇ, ਪਿਆਰੀ ਕਰਕੇ, ਮੁਹੱਬਤ ਕਰਕੇ ਸੇਵਾ ਕਰਦੇ ਨੇ, ਮੈਂ ਉਹਨਾਂ ਗੁਰਸਿੱਖਾਂ ਤੋਂ ਵਾਰਨੇ ਜਾਂਦਾ ਹਾਂ। ਬਲਿਹਾਰੀ ਤਿੰਨਾ ਗੁਰਸਿੱਖਾਂ, ਪੁੱਤਰ ਮੀਤ ਭਾਈ ਗੁਰ ਇੱਠਾ। ਇਹ ਬਚਨ ਬਹੁਤ ਕੀਮਤੀ ਗੁਰਮੁਖੋ, ਇਹ ਬਚਨ ਸਾਂਭਣ ਵਾਲਾ ਜੇ ਆਪ ਜਿੰਨੇ ਵੀ ਸੱਜਣ ਇਸ ਦਰਬਾਰ ਵਿੱਚ ਜੁੜੇ ਹੋ, ਗੁਰੂ ਨਾਨਕ ਸਾਹਿਬ ਜੀ ਦੀ ਫੁੱਲਵਾੜੀ ਜੇ, ਗੁਰੂ ਨਾਨਕ ਸਾਹਿਬ ਜੀ ਦੇ ਆਪਾਂ ਸਾਰੇ ਬੱਚੇ ਹਾਂ, ਇਹ ਭਾਈ ਸਾਹਿਬ ਦਾ ਬਚਨ ਹੈ ਜੋ, ਇਹ ਗੁਰੂ ਨਾਨਕ ਸਾਹਿਬ ਜੀ ਦੀ ਸਿੱਖਿਆ ਹੈ। ਔਰ ਇਸ ਬਚਨ ਨੂੰ ਦੇ ਵਿਚਾਰ ਨੂੰ ਆਪਣੇ ਗਲ ਵਿੱਚ ਇਉਂ ਪਰੋ ਲਈਏ ਜਿਵੇਂ ਕੋਈ ਆਪਣੇ ਸਰੀਰ ਦੀ ਸ਼ੋਭਾ ਵਧਾਉਣ ਵਾਸਤੇ ਕੋਈ ਆਪਣੇ ਗਲ ਵਿੱਚ ਗਹਿਣਾ ਪਹਿਨਦਾ ਹੈ, ਅਤੇ ਜਿਵੇਂ ਕੋਈ ਗਹਿਣਾ ਕਿਸੇ ਦੇ ਸਰੀਰ ਦੀ ਸ਼ੋਭਾ ਵਧਾ ਦਿੰਦਾ ਹੈ, ਇਵੇਂ
भाई गुरदास साहब का बचन जेड़े सिख ने गल विच परो के पा लिया ओदी लोक अते परलोक विच शोभा हो जाएगी। उस गुरसिख की शोभा होएगी। भाई साहब लिखते ने मैं उन्हां गुरसिखां तो कुर्बान हाँ। किन्ना तो जी पुत्र भाई भाई साहब लिखते ने जेड़े गुरसिख आपदा रिश्ता साध संगत दे मैंबरां नाल बना लैंदे ने। वाहिगुरु भाई साहब दे बचन देखो कि जिन्हां ने संगत विच आए तो उन्होंने अपने संगत विच इत्थे आ के अपने पिता की थां ते किसे बजुर्ग नूं जान लिया, अपने भरावां की थां ते भैणां की थां ते मावां की थां ते संगत दे मैंबरां नूं जानिया। इहदा अर्थ के संगत वालिया नूं इन्ना उन्हां ने प्यार किया, इन्ना उन्हां ने अदब किया, संगत नूं गुरु दा रूप जानिया। उन्हां वास्ते संगत दे मैंबर वड्डे, उन्हां वास्ते संगत दा वचन वड्डा, उन्हां वास्ते संगत दी सेवा बहुत महान। गुर सेवा तपां सिर तप सार किन्ने कीती उन्हां गुरसिखां ने जिन्हां ने संगत विच आ के पुत्र मित्र गुर भाई इठा गुरु नूं प्यार करन वालियां नूं अपने पुत्र जानिया, अपने मित्र जानिया, अपने भाई जानिया। इस तों वड्डी गल होर की हो सकती है। मेरा गुरसिखां नाल नाता, मेरा गुरसिखां नाल प्रेम, मेरा गुरसिखां नाल रिश्ता। हालांकि संगत विच बैठियां आपां एक दूजे नूं जानदे नहीं हुंदे बाहर, पर जदों संगत विच आईए असीं गुरु के भाई, असीं गुरु के पुत्र, एक दूजे दे गुर भाई। महाराज भाई साहब भाई गुरदास साहब अगे लिखते ने बरिहारी तिना गुरसिखां पुत्र मित्र गुर भाई इठा बलिहारी तिना गुरसिखां आप तरे तरेन सरिठा। सरिठा दा अर्थ है सृष्टि। मैं उन्हां सिखां तो कुर्बान जिन्हां ने उतले बचन कमाए और वो आप तां तरे ने सारी सृष्टि नूं भी तारदे ने। अगला बचन गुरसिख मिलिया पाप पनिठा, गुरसिख मिलिया पाप पनिठा। हर रोज गुरसिख अरदास करदा है। अरदास तो मगरों आपां बचन पढ़दे हां, वो बचन आप सब नूं चेते ने। सही गुरमुख प्यारे मेल जिन्ना मिलिया तेरा नाम चेतावे, ये क्यों पढ़िया जाता है? भाई गुरदास साहब जी तो पुछो। भाई गुरदास साहब कहिंदे ने जे किते जिंदगी विच मैनू गुरसिख पूरा मिल पवे ते गुरसिख दे दर्शन कीतियां ओदी संगत कीतियां जीवन निर्मल हो जाता है ते पाप इउं झड़ जाते ने जिवें पत्त झड़दे विच किसे दरखत दे पत्ते झड़दे ने, इउं झड़ जाते ने मेरे पाप जीवन दे जे मैं पूरे सूरे गुरु के सिख दे दीदार कर लवां। साध संगत जी आओ हजूर दे इन्हां बचनां विच देखो गुरसिखां दा किन्ना अदब है। उन्हां दा है जिन्हां ने गुरु नानक साहब जी दे बचनां नूं प्यारिया सत्कारिया हिरदे विच वसाया है। भाई साहब लिखते ने गुरसिख मिलिया पाप पनिठा, वड्डे पाप दूर हो गए जदों पूरे गुरसिख की संगत की। साहब श्री गुरु ग्रंथ साहब सचे पातशाह कृपा करन सानू जीवन जुगत देन। इस पावन शब्द विच श्री गुरु अर्जन देव शहीदां दे सरताज अपने रब नू बड़ा प्यार करदे ने। रब नू कहिंदे ने तू मेरा मित्र, तू मेरा सखा, तू मेरा प्रीतम, मेरा तेरे नाल प्यार, तू मेरी इज्जत, तू मेरा गहना। महाराज ने कहा तेरे तू बिना मैं एक निमख मात्र नहीं रह सकता, ये कल वाले बचन ने। फिर महाराज ने कहा सी तू मेरे लालन, तू मेरा प्यारा अत प्यारा लाल।
ਲਾਲਣ ਦਾ ਅਰਥ ਸੱਜਣਾ ਨੇ ਕੀਤਾ ਲਾਡ ਲੜਾਉਣ ਵਾਲਾ, ਆਪੇ ਲਾਡ ਲੜਾਏ ਦਾ ਪਿਆਰਾ, ਆਪੇ ਤੂੰ ਸ੍ਰਿਸ਼ਟੀ ਪੈਦਾ ਕੀਤੀ ਹੈ ਅਤੇ ਸਾਨੂੰ ਬੱਚਿਆਂ ਨੂੰ ਲਾਡ ਕਰਨ ਵਾਲਾ ਹੈ, ਸਾਨੂੰ ਬੱਚਿਆਂ ਨੂੰ ਪਿਆਰ ਕਰਨ ਵਾਲਾ ਹੈ। ਤੂੰ ਮੇਰੇ ਪ੍ਰਾਣ 'ਤੇ ਬਚਨ ਕੀਤਾ ਸੀ ਗੁਰੂ ਅਰਜਨ ਸਾਹਿਬ ਨੇ, ਤੂੰ ਮੇਰੀ ਜਿੰਦ ਅਤੇ ਤੂੰ ਮੇਰੀ ਜਾਨ। ਹੇ ਵਾਹਿਗੁਰੂ, ਤੂੰ ਮੇਰੇ ਪ੍ਰਾਣ, ਤੂੰ ਮੇਰੀ ਜਾਨ ਹੈ। ਜਿੰਨਾ ਚਿਰ ਮੈਂ ਤੇਰੇ ਦਰਸ਼ਨ ਨਾ ਕਰ ਲਵਾਂ ਮੇਰੀ ਮੌਤ ਹੋ ਜਾਂਦੀ ਹੈ। ਤੂੰ ਮੇਰੇ ਅੰਦਰ ਵੱਸਦਾ ਰਵੇ ਮੈਂ ਜਿਉਂਦਾ ਰਹਿੰਦਾ ਹੈ। ਤੂੰ ਵਿਸਰੈ ਤਾਂ ਸਭ ਕੋ ਲਾਗੂ, ਚੀਤ ਆਵੈ ਤਾਂ ਸੇਵਾ, ਤੁਧ ਵਿਸਰੈ ਤਦ ਹੀ ਮਰ ਜਾਊਂ, ਆਖਾਂ ਜੀਵਾਂ ਵਿਸਰੈ ਮਰ ਜਾਊਂ। ਕਿਤਨੇ ਪ੍ਰਮਾਣ ਹਨ ਗੁਰੂ ਗ੍ਰੰਥ ਸਾਹਿਬ ਵਿੱਚ, ਜਿਉਂ ਮਛਲੀ ਬਿਨ ਪਾਣੀਐ ਕਿਉਂ ਜੀਵਨ ਪਾਵੈ, ਬੂੰਦ ਬਿਹੂਨਾ ਚਾ ਤ੍ਰਿਕੋ ਕਿਉਂ ਕਰ ਤ੍ਰਿਪਤਾਵੈ, ਨਾਦ ਕੁਰੰਕੈ ਬੇਦਿਆ ਸਨਮੁਖ ਉਠਤਾਵੈ, ਪਵਰ ਲੋਭੀ ਕੁਸੁਮ ਬਾਸਕਾ ਮਿਲ ਆਪ ਬੰਧਾਵੈ, ਤਿਉਂ ਸੰਤ ਜਨਾ ਹਰ ਪ੍ਰੀਤ ਹੈ ਦੇਖ ਦਰਸ਼ ਅਘਾਵੈ। ਜਿਵੇਂ ਮਛਲੀ ਨੂੰ ਪਾਣੀ ਨਾਲ ਪਿਆਰ, ਜਿਵੇਂ ਪਤੰਗੇ ਨੂੰ ਅੱਗ ਦੀ ਲਾਟ ਨਾਲ ਪਿਆਰ, ਜਿਵੇਂ ਬੰਬੀਹੇ ਨੂੰ ਸਵਾਂਤੀ ਬੂੰਦ ਨਾਲ ਪਿਆਰ, ਜਿਵੇਂ ਹਿਰਨ ਨੂੰ ਘੰਡੇ ਹੇੜੇ ਦੀ ਆਵਾਜ਼ ਨਾਲ ਪਿਆਰ, ਇਉਂ ਗੁਰਸਿੱਖ ਨੂੰ ਗੁਰੂ ਗ੍ਰੰਥ ਸਾਹਿਬ ਜੀ ਦੇ ਦਰਸ਼ਨਾਂ ਨਾਲ ਪਿਆਰ। ਗੁਰੂ ਅਰਜਨ ਸਾਹਿਬ ਕਹਿੰਦੇ ਨੇ ਮਛਲੀ ਨੂੰ ਪਾਣੀ ਨਾ ਮਿਲੇ ਉਹਦੀ ਮੌਤ ਹੋ ਜਾਂਦੀ ਹੈ, ਗੁਰਸਿੱਖ ਦੀ ਜਿੰਦ ਨੂੰ ਗੁਰੂ ਕੀ ਬਾਣੀ ਨਾ ਮਿਲੇ ਉਹਦੀ ਮੌਤ ਹੋ ਜਾਣੀ ਚਾਹੀਦੀ ਹੈ। ਜੇ ਗੁਰਸਿੱਖ ਅੰਮ੍ਰਿਤ ਵੇਲੇ ਉੱਠ ਕੇ ਜਪ ਨਹੀਂ ਪੜ੍ਹਦਾ, ਜੇ ਦੁਪਹਿਰ ਵੇਲੇ ਸੁਖਮਨੀ ਨਹੀਂ ਜਪਦਾ, ਜੇ ਸ਼ਾਮ ਵੇਲੇ ਰਹਿਰਾਸ ਦੇ ਵਿੱਚ ਨਹੀਂ ਬੈਠਦਾ, ਜੇ ਸੌਣ ਵੇਲੇ ਸੋਹਿਲਾ ਨਹੀਂ ਪੜ੍ਹਦਾ, ਉਸ ਸਿੱਖ ਦੀ ਮੌਤ ਕਿਉਂ ਨਾ ਹੋ ਗਈ। ਇਹ ਹਜ਼ੂਰ ਦੇ ਬਚਨਾਂ ਦੇ ਅਰਥ ਨੇ, ਗੁੱਸਾ ਨਾ ਕਰਿਓ। ਮਹਾਰਾਜ ਨੇ ਕਿਹਾ ਮਰ ਨਾ ਜਾਹੀ ਜਿੰਨਾ ਬਿਸਰਤ ਰਾਮ, ਨਾਮ ਬਿਹੂਨ ਜੀਵਨ ਕੌਣ ਕਾਮ। ਨਾਮ ਤੋਂ ਬਿਨਾਂ ਜੀਵਨ ਕਿਸ ਕੰਮ, ਕਿਸ ਕੰਮ ਜੀ ਜੀਵਨ। ਜਿਨ ਹਰ ਹਿਰਦੈ ਨਾਮ ਨਾ ਵਸਿਓ, ਤਿਨ ਮਾਤ ਕੀਜੈ ਹਰ ਬਾਂਝਾ। ਵਾਹਿਗੁਰੂ ਵਾਹਿਗੁਰੂ, ਜਿਨ੍ਹਾਂ ਦੇ ਹਿਰਦੇ ਵਿੱਚ ਨਾਮ ਨਹੀਂ ਵਸਿਆ। ਗੁਰੂ ਰਾਮਦਾਸ ਸਾਹਿਬ ਕਹਿੰਦੇ ਨੇ ਉਹਨਾਂ ਦੀ ਮਾਤਾ ਨੇ ਉਸ ਬੱਚੇ ਨੂੰ ਜਨਮ ਕਿਉਂ ਦਿੱਤਾ, ਉਸਨੇ ਸੰਸਾਰ ਵਿੱਚ ਆ ਕੇ ਕੀ ਖੱਟੀ ਕਰਨੀ ਸੀ। ਭਗਤ ਕਬੀਰ ਸਾਹਿਬ ਨੇ ਬਚਨ ਕਹਿ ਖੱਟੀ ਕੀ ਕਰਨੀ ਹੈ, ਉਹਨੇ ਕਚਹਿਰੀ ਵਿੱਚ ਜਾਣਾ ਹੈ, ਉਹਨੇ ਅਦਾਲਤ ਵਿੱਚ ਜਾਣਾ ਹੈ, ਉਹਨੇ ਪਰੇ ਵਿੱਚ ਖਲੋ ਕੇ ਇਹੋ ਜਿਹੀ ਚੁਗਲੀ ਕਰਨੀ ਹੈ, ਦੋ ਵੱਸਦੇ ਪਿੰਡ ਦੇ ਪਰਿਵਾਰਾਂ ਦਾ ਉਹਨੇ ਝਗੜਾ ਪਾ ਦੇਣਾ ਹੈ। ਖੱਟੀ ਉਹਨੇ ਕੀ ਕਰਨੀ, ਚਲਤ ਕਤ ਟੇਢੇ ਟੇਢੇ ਟੇਢੇ, ਉਹਨੇ ਟੇਢਾ ਚੱਲਣਾ ਹੈ, ਪੁੱਠਾ ਚੱਲਣਾ ਹੈ, ਸੰਸਾਰ ਤੋਂ ਵੱਖਰਾ ਕੰਮ ਕਰਨਾ ਹੈ, ਜਿਹੜਾ ਸੰਸਾਰ ਨੇ ਨਾ ਸੁਣਿਆ ਹੋਏ ਅਤੇ ਝਗੜਾ ਪਾ ਕੇ ਇੱਕ ਮਿੰਟ 'ਚ ਲੜਾਈ ਕਰਾ ਕੇ ਰੱਖ ਦੇਣੀ ਹੈ, ਇੱਲਤ ਕਾ ਨਾਂ ਚੌਧਰੀ ਹੋਏਗਾ। ਸਤਿਗੁਰੂ ਕਿਰਪਾ ਕਰਨ, ਹਜ਼ੂਰ ਗੁਰੂ ਗ੍ਰੰਥ ਸਾਹਿਬ ਇੱਥੇ ਗੁਰੂ ਅਰਜਨ ਸਾਹਿਬ ਕਿਰਪਾ ਵਰਤਾਉਂਦੇ ਨੇ, ਕਹਿੰਦੇ ਨੇ ਭਾਈ ਗੁਰਸਿੱਖੋ, ਸਾਰੇ ਕਹੋ ਉਸ ਪਰਮਾਤਮਾ ਨੂੰ, ਆਪਣੇ ਪਰਮੇਸ਼ਰ ਨੂੰ, ਵਾਹਿਗੁਰੂ ਤੂੰ ਹੀ ਹੈ ਸਭ ਕੁਝ, ਤੂੰ ਮੇਰਾ ਮਾਲਕ ਹੈ, ਤੂੰ ਮੇਰਾ ਖਾਨ ਹੈ। ਰਹਾਓ ਤੋਂ ਅਗਲੇ ਸ਼ਬਦ ਜਿਹੜੇ ਅੱਜ ਆਪਾਂ ਪੜ੍ਹੇ, ਮਹਾਰਾਜ ਕਹਿੰਦੇ ਨੇ ਗੁਰੂ ਅਰਜਨ ਸਾਹਿਬ, ਜਿਉਂ ਤੁਮ ਰਾਖੋ ਤਿਵ ਹੀ ਰਹਿਣਾ। ਵਾਹਿਗੁਰੂ, ਜਿਵੇਂ ਤੂੰ ਸਾਨੂੰ ਰੱਖਦਾ ਸੀ ਉਵੇਂ ਰਹਿੰਦੇ ਹਾਂ। ਜੋ ਤੁਮ ਕਹੋ ਸੋਈ ਮੋਹਿ ਕਰਨਾ, ਮੈਂ ਤੇਰਾ ਸੇਵਕ, ਤੇਰਾ ਸੇਵਾਦਾਰ, ਤੇਰੇ ਹੁਕਮ ਦਾ ਤਾਬਿਆਦਾਰ, ਜਿਵੇਂ ਤੂੰ ਕਹਿੰਦਾ ਮੈਂ ਉਸੇ ਤਰ੍ਹਾਂ ਕਰਦਾ ਹਾਂ। ਜੈ ਪੇਖਾਂ ਤਾਂ ਤੁਮ ਬਸਣਾ, ਜਿੱਥੇ ਮੈਂ ਵੇਖਦਾ ਹਾਂ ਉੱਥੇ ਤੈਨੂੰ ਮੈਨੂੰ ਤੇਰੇ ਦੀਦਾਰ ਹੁੰਦੇ ਨੇ। ਮੈਂ ਜਿਸ ਵੱਲ ਵੀ ਵੇਖਦਾ ਹਾਂ ਤੈਨੂੰ ਦੇਖਦਾ ਹਾਂ। ਮੈਂ ਕਿਸੇ ਗਰੀਬ ਵੱਲ ਵੇਖਦਾ ਉਹਦੀ ਝੌਂਪੜੀ ਵਿੱਚ ਤੂੰ ਬੈਠਾ ਹੈ, ਮੈਂ ਕਿਸੇ ਅਮੀਰ ਵੱਲ ਵੇਖਦਾ ਉਹਦੇ ਮਹੱਲ ਵਿੱਚ ਤੂੰ ਬੈਠਾ ਹੈ। ਮੈਨੂੰ ਦਿਸਦਾ ਤੂੰ ਸੰਸਾਰ ਨੇ ਉੱਚੀਆਂ ਨੀਵੀਆਂ ਜਾਤਾਂ ਮਿੱਥੀਆਂ ਨੇ,
पर मैनू सारिया विच रब दिसदा है, मैनू पशु विच भी परमात्मा दिसदा है, मैनू दरख्त विच भी रब दे दीदार हुंदे ने। भाई गुरु अर्जन साहब कहिंदे ने, जै पेखो ता तुम बसना, निरभउ नाम जपो तेरा रसना। मेरी रसना तेरा नाम जपती है, तू आप निरभउ है, तेरा नाम जप जप के। गुरु अर्जन साहब कहिंदे मैं भी निरभउ हो गया, हुण मैनू तत्ती तवी दा डर नहीं, हुण मैनू चंदू दे तत्ते कड़छे दा डर नहीं, हुण मैनू जहांगीर दा डर नहीं, मैनू संसार दी हकूमत दा डर नहीं, मैनू औरंगजेब दे दबके दा डर नहीं, मैनू हुण दीवारां दा डर नहीं, मैनू हुण जलाद दी चरखड़ी दा डर नहीं, ते मैनू हुण गल विच हार बच्चियां दे टोटे करा के जिगर दे टोटे गल विच पाउण दा डर नहीं, क्योंकि निरभउ दा नाम जप जप के मैं भी निरभय हो गया हाँ। तू मेरी नवनिध तू भंडार, तू मेरे नौ धरती दे खजाने भी रब जी तुसी हो मेरे, तू ही मेरा भंडारा तोशा खाना है। रंग रसा तू मने आधार, मेरा मन तेरे प्रेम रंग विच रंग गया है, ते तू मेरा आसरा है रब जी तुसी मेरे आसरे हो। तू मेरी शोभा तुम संग रचिया, मेरी शोभा भी तुसी, मेरे घर विच तुसी, मेरे बाहर तुसी, घर बार तेरा परवासा, तू जन कै है संग। इस करके मेरी शोभा तुहाडे करके, मेरी संसार दी रचना तुहाडे करके, मेरे पुत्र तुहाडे करके, मेरी पत्नी तुहाडे करके, मेरी धी तुहाडे करके, मेरे कुड़म तुहाडे करके। गुरु रामदास जी नूं पुछिया किसे ने, महाराज तुहाडा धड़ा किहड़ा है, तुहाडे धड़े दे मैंबर, ते गुरु रामदास साहब ने कहा किसी ही धड़ा किया, किसे ने धड़ा किया मित्रां दा, किसे ने धड़ा बना लिया कुड़मां नाल रल के। सतगुरु गुरु रामदास कहिंदे ने ओ धड़े झूठे कुछ समय विच खत्म हो जान वाले, हमरा धड़ा हर रहिया समाई, साडा धड़ा है गुरु की संगत, साडा धड़ा है गुरु की संगत विच वसदा होया रब। गुरु अर्जन साहब जी ने इत्थे बचन कहे ने, मन तन अंतर तू ही त्याया, मैं मन ते तन विच रब जी तैनू आराध्या है, मर्म तुम्हारा गुर ते पाया, हे मेरे परमेश्वर। मर्म दा अर्थ है भेद, गुरु अर्जन साहब रब जी दा भेद तुहानू किने दस्या, ते गुरु रामदास साहब कहिंदे ने, गुरु अर्जन साहब कहिंदे ने, मर्म तुम्हारा गुरते पाया, तुहाडा भेद, तुहाडी प्राप्ति दा भेद, हर कण कण विच तुहानू वेखण दा भेद, मैं अपने पूरे गुरु तो प्राप्त कीता है, पूरे गुरु तो। गल कित्थे मुक्की आ के, कल दी आपां शब्द दी विचार कर, गल मुक्की गुरु ते आ के। इस करके जिन्हें रब जी दा भेद पाउणा है, जिन्हें रब जी नाल जुड़ना है, जिन्हें रब जी नूं कण कण विचों वेखना है, उहनूं गुरु धारण करना पएगा, गुरु ग्रंथ साहिब जी नूं गुरु मनना पएगा, गुरु गोबिंद सिंह जी दा खंडे बाटे दा छकना पएगा। पंज प्यारे साहिबाना तों मुख विच अमृत दे नाल गुर मंत्र पवाउणा पएगा, फिर गल बननी जाके जदों गुरु धारण कीता। सतगुरु कृपा करन दी आखरी तुक है, सतगुर ते दृढ़िया, दृढ़िया दा अर्थ है पक्का कीता, मेरे गुरु ने गल पक्की कीती, एक एक है मैनू ने समझाया, मेरे गुरु ने थापड़ा दे के, गुरसिखा एक परमात्मा ही एक, एक तो बिना दूजे की पूजा न करी। नानक दास हर 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 टेकै, मैं नानक रब दा दास, उस परमात्मा अकाल पुरख दे आसरे हाँ, उहदे आसरे चलदा हाँ,
ਉਹਦੇ ਆਸਰੇ ਰਹਿੰਦਾ ਹਾਂ, ਉਹਦੇ ਆਸਰੇ ਮੈਨੂੰ ਪ੍ਰਸ਼ਾਦ ਮਿਲਦਾ ਹੈ, ਉਹਦੇ ਆਸਰੇ ਮੈਨੂੰ ਜਿੰਦ ਜਾਨ ਮਿਲੀ ਹੈ, ਰੱਬ ਮੇਰੇ ਪ੍ਰਾਣ ਹਨ। ਇਹ ਪਾਵਨ ਸ਼ਬਦ ਗੁਰੂ ਅਰਜਨ ਸਾਹਿਬ ਜੀ ਨੇ ਅੰਮ੍ਰਿਤਮਈ ਸ਼ਬਦਾਂ ਵਿੱਚ ਆਪਣਾ ਹਿਰਦਾ ਸਾਡੇ ਅੱਗੇ ਖੋਲਿਆ। ਸਾਨੂੰ ਸਮਝ ਪੈ ਜਾਵੇ, ਗੁਰੂ ਗ੍ਰੰਥ ਸਾਹਿਬ ਸਾਡੇ 'ਤੇ ਕਿਰਪਾ ਕਰਨ ਜੀ, ਇਹਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ। ਹਜ਼ੂਰ ਦੀ ਅਗਾਧ ਬੋਧ ਬਾਣੀ ਵਿਚਾਰਦਿਆਂ ਬੇਅੰਤ 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 ਭੁੱਲਾਂ ਹੋਈਆਂ, ਆਪ ਜੀ ਖਿਮਾ ਬਖਸ਼ੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਮਕਲੀ ਮਹਲਾ ਤੀਜਾ, ਆਨੰਦ ਓਂਕਾਰ ਸਤਿਗੁਰ ਪ੍ਰਸਾਦ। ਆਨੰਦ ਪਿਆ ਮੇਰੀ ਮਾਂ, ਸਤਿਗੁਰੂ ਮੈਂ ਪਾਇਆ, ਗੁਰਤਾ ਪਾਇਆ ਸਹਿਜ ਸੇਤੀ ਮਨ ਮਚੀਆਂ ਵਾਦਾਇਆ, ਜਾਗਰਤਨ ਪਰਵਾਰ ਪਰੀਆਂ ਸ਼ਬਦ ਗਾਵਣ ਆਈਆਂ, ਦੋਤ ਬਾਬੂ ਆਦਿ ਤੇਰਾ ਮਨ ਜਿਨੀ ਵਸਾਇਆ, ਏ ਨਾਨਕ ਆਨੰਦ ਹੋਵਾ ਸਤਿਗੁਰੂ ਮੈਂ ਪਾਇਆ, ਏ ਮਨ ਮੇਰਿਆ ਤੂੰ ਸਦਾ ਰਹੋ ਹਰ ਨਾਲੇ, ਹਰ ਨਾਲ ਰਹੋ ਤੂੰ ਮਨ ਮੇਰੇ ਦੁੱਖ ਸਭ ਵਿਸਾਰਨਾ, ਅੰਗੀਕਾਰ ਉਤਾਰੇ ਤੇਰਾ ਕਾਰਜ ਸਭ ਸਵਾਰਨਾ, ਅਪਨਾ ਗਲਾ ਸਮਰਤ ਸੁਆਮੀ ਸੋ ਤਿਉ ਮਨੋ ਵਿਸਾਰੇ, ਐ ਨਾਨਕ ਮਨ ਮੇਰੇ ਸਦਾ ਰਹੋ ਹਰ ਨਾਲੇ, ਸਾਚੇ ਸਾਹਿਬਾ ਕਿਆ ਨਹੀਂ ਕਰਦੇ ਰਹਿ, ਵਰਤਾਂ ਤੇਰੇ ਸਭ ਕੁਛ ਹੈ ਜਿਸਦੇ ਸੁਭਾਵੇ, ਸਦਾ ਸਿਫਤ ਸੁਣਾ ਤੇਰੇ ਨਾਮ ਮਨ ਵਸਾਵੇ, ਨਾਮ ਜਿਨ ਕੈ ਮਨ ਵਸਿਆ ਵਾਜੇ ਸ਼ਬਦ ਮੇਰੇ, ਕਹੇ ਨਾਨਕ ਸੱਚੇ ਸਾਹਿਬ ਕਿਆ ਨਹੀਂ ਕਰਦੇ ਰਹਿ, ਸਾਚਾ ਨਾਮ ਮੇਰਾ ਆਧਾਰ, ਸੱਚ ਨਾਮ ਆਧਾਰ ਮੇਰਾ ਜਿਨ ਸਭ ਗਵਾਈਆਂ, ਪ੍ਰਸ਼ਾਦ ਸੁਖ ਮਨਿਆ ਵਸਿਆ ਜਿਨ ਇੱਛਾ ਸਭ ਪਜਾਈਆਂ, ਸਦਾ ਗੁਰਬਾਣ ਕੀਤਾ ਗੁਰ ਬਿੰਦੋ ਉਸਦੀਆਂ ਇਹ ਵਡਿਆਈਆਂ, ਕਹੇ ਨਾਨਕ ਸੁਣੋ ਸੰਤੋਸ਼ ਕਰੋ ਪਿਆਰੋ, ਸਾਚਾ ਨਾਮ ਮੇਰਾ ਆਧਾਰੋ, ਆਜੇ ਮਨ ਸ਼ਬਦ ਕਿਤ ਤਾਰ ਸੁਭਾਵੇ, ਤਾਰ ਸੁਭਾਵੇ ਸ਼ਬਦ ਵਾਜੇ ਗੱਲਾਂ ਕਿਤ ਕਰਤਾਰਿਆ, ਪੰਚ ਦੂਤ ਦਵਸ ਕੀਤੇ ਕਾਲ ਕੰਟਕ ਮਾਰਿਆ, ਕਰਮ ਪਾਇਆ ਤੁਧ ਜਿਨ ਦੋਸੇ ਨਾਮ ਹਰ ਕੈ ਲਾਗੇ, ਮੋਹੇ ਨਾਨਕ ਤੇ ਸੁਖੋ ਆਤਿਕ ਤਰਿਣ ਹਦ ਵਾਜੇ, ਅਨੰਦ ਸੁਣੋ ਵਟ ਪਾਗਿਓ ਸਗਲ ਮਨੋਰਥ ਪੂਰੇ, ਪਾਰ ਬ੍ਰਹਮ ਪ੍ਰਭ ਪਾਇਆ ਇਤਰੇ ਸਗਲ ਵਿਸੂਰੇ, ਦੁਖ ਰੋਗ ਸਾਮ ਇਤਰੇ ਸੁਣੀ ਸਚੀ ਬਾਣੀ, ਸੰਤ ਸਾਜਨ ਪੈ ਸਰਸੇ ਪੂਰੇ ਗੁਰ ਤੇ ਜਾਣੀ, ਸੁਣਤੇ ਗੁਣਿਤ ਰਹਤੇ ਪਵਿੱਤ ਸਤਿਗੁਰ ਰਹਿਆ ਭਰਪੂਰੇ, ਬਿਨਵੰਤ ਨਾਨਕ ਗੁਰ ਚਰਨ ਲਾਗੇ ਵਾਜੇ ਅਨਹ ਤੂਰੇ ਸਲੋਕ, ਪਵਣ ਗੁਰੂ ਪਾਣੀ ਪਿਤਾ ਤਾਤਰ ਜਮਾਤ, ਦਿਵਸ ਰਾਤ ਦੇ ਦਾਈ ਦਾਇਆ ਖੇਲੇ ਸਗਲ ਜਗਤ, ਚੰਗਿਆਈਆਂ ਬੁਰਿਆਈਆਂ ਬਾਚੇ ਤਮਦੂਰ, ਕਰਨੀ ਆਪੋ ਆਪਣੀ ਕੇ ਨੇੜੇ ਕੇ ਦੂਰ, ਜਿਨੇ ਨਾਮ ਧਿਆਇਆ ਦਇਮ ਸੰਗਤ ਕਾਲ, ਨਾਨਕ ਦੇ ਮੁਖੇ ਉਜਲੇ ਕੀਤੀ ਛੁੱਟੀ ਨਾਲ, ਜਿਨੇ ਨਾਮ ਧਿਆਇਆ ਦਇਮ ਸੰਗਤ ਕਾਲ, ਨਾਨਕ ਦੇ ਮੁਖੇ ਉਜਲੇ ਕੀਤੀ ਛੁੱਟੀ ਨਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਭਗਵਤੀ ਜੀ ਸਹਾਏ ਵਾਰ, ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ, ਪ੍ਰਥਮ ਭਗਵਤੀ ਸਿਮਰ ਕੈ, ਗੁਰੂ ਨਾਨਕ ਲਈ ਧਿਆਏ ਫਿਰ ਅੰਗਦ ਗੁਰ ਤੇ ਅਮਰਦਾਸ, ਰਾਮਦਾਸ ਹੋਈ ਸਹਾਏ ਅਰਜਨ ਹਰ ਗੋਬਿੰਦ ਨੂੰ ਸਿਮਰੋ, ਸ੍ਰੀ ਹਰਿਰਾਏ ਸ੍ਰੀ ਹਰਿਕ੍ਰਿਸ਼ਨ ਧਿਆਈਐ, ਇਹ ਡਿੱਠੇ ਸਭ ਦੁਖ ਜਾਏ ਤੇਗ ਬਹਾਦਰ, ਸਿਮਰੀਐ ਕਰਨਾ ਨਿਤ ਆਵੇ ਧਾਏ, ਸਭ ਥਾਈਂ ਹੋਏ ਸਹਾਏ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ, ਸਭ ਥਾਈਂ ਹੋਇਆ ਸਹਾਇ ਦਸਾਂ ਪਾਤਸ਼ਾਹੀਆਂ ਦੀ ਜੋਤ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਧਰਕੇ ਬੋਲੋ ਜੀ। ਪੰਜਾਂ ਪਿਆਰਿਆਂ, ਚਹੁੰ ਸਾਹਿਬਜ਼ਾਦਿਆਂ, 40 ਮੁਕਤਿਆਂ, ਹਠੀਆਂ ਜਪੀਆਂ ਤਪੀਆਂ, ਜਿਨ੍ਹਾਂ ਨਾਮ ਜਪਿਆ ਵੰਡ ਛਕਿਆ ਦੇਗ ਚਲਾਈ ਤੇਗ ਵਾਹੀ ਦੇਖ ਕੇ ਅੰਡਠ ਕੀਤਾ, ਜਿਨ੍ਹਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਧਰਕੇ ਬੋਲੋ ਜੀ।
ਜਿਨ੍ਹਾਂ ਸਿੰਘਾਂ ਸੰਘਣੀਆਂ ਨੇ ਧਰਮ ਹੇਰ ਸੀਸ ਦਿੱਤੇ, ਬੰਦ ਬੰਦ ਕਟਾਏ, ਖੋਪਰੀਆਂ ਲੋਹਾਈਆਂ, ਚਰਖੜੀਆਂ ਤੇ ਚੜੇ ਦਾ ਨਾਰਿਆਂ ਨਾਲ ਚਰਾਏ, ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ, ਧਰਮ ਨਹੀਂ ਹਾਰਿਆ, ਸਿੱਖੀ ਕੇਸਾਂ ਸਵਾਸਾਂ ਨਾਲ ਨਿਭਾਈ, ਤਿੰਨਾਂ ਦੀ ਕਮਾਈ ਦਾ ਧਿਆਨ ਧਰਕੇ ਬੋਲੋ ਜੀ। 52 ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰਕੇ ਬੋਲੋ ਜੀ। ਇੱਥ ਮੈਂ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ। ਸਰਬੱਤ ਖਾਲਸਾ ਜੀ ਕੋ ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ। ਚਿੱਤ ਆਵੇ ਚਿੱਤ ਆਵਣ ਕਾ ਸਦਕਾ ਸਰਬ ਸੁੱਖ ਹੋਵੇ, ਜਹਾਂ ਜਹਾਂ ਖਾਲਸਾ ਜੀ ਸਾਹਿਬ, ਤਹਾਂ ਤਹਾਂ ਰਸ਼ਿਆ ਰਿਆਇਤ, ਦੇਗ ਤੇਗ ਫਤਿਹ, ਬਿਰਧ ਕੀ ਪੈਜ ਪੰਥ ਕੀ ਜੀਤ, ਸ੍ਰੀ ਸਾਹਿਬ ਜੀ ਸਹਾਇ, ਖਾਲਸਾ ਜੀ ਕੇ ਬੋਲ ਬਾਲੇ ਬੋਲੋ ਜੀ। ਸਿੱਖਾਂ ਨੂੰ ਸਿੱਖੀ ਦਾਨ, ਕੇਸ ਦਾਨ, ਰਹਿਤ ਦਾਨ, ਵਿਵੇਕ ਦਾਨ, ਸਾਹ ਦਾਨ, ਭਰੋਸਾ ਦਾਨ, ਦਾਨਾ ਸਿਰਦਾਨ, ਨਾਮ ਦਾਨ, ਸ੍ਰੀ ਅੰਮ੍ਰਿਤ ਸਰ ਜੀ ਕੇ ਦਰਸ਼ਨ, ਇਸ਼ਨਾਨ, ਚੌਂਕੀਆਂ, ਝੰਡੇ, ਬੁੰਗੇ, ਜੁਗੋ ਜੁਗ ਅਟਲ, ਧਰਮ ਕਾ ਜੈਕਾਰ ਬੋਲੋ ਜੀ। ਸਿੱਖਾਂ ਦਾ ਮਨ ਨੀਵਾਂ, ਮਤ ਉੱਚੀ, ਮਤ ਪਾਤਰਾ ਰੱਖ ਆਪ, ਵਾਹਿਗੁਰੂ ਹੈ ਅਕਾਲ ਪੁਰਖ, ਆਪਣੇ ਪੰਥ ਰੇਖ ਦਾ ਸਹਾਇ ਦਾ ਤਾਰ ਜੀਓ, ਸ੍ਰੀ ਨਨਕਾਣਾ ਸਾਹਿਬ ਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਦੇ ਖੁੱਲ੍ਹੇ ਦਰਸ਼ਨ ਦਾਰ, ਸੇਵਾ ਸੰਭਾਲਦਾ ਦਾਨ ਖਾਲਸਾ ਜੀ ਨੂੰ ਬਖਸ਼ੋ। ਹੇ ਨਮਾਣਿਆਂ ਦੇ ਮਾਣ, ਨਿਤਾਣਿਆਂ ਦੇ ਤਾਣ, ਨਿਓਟਿਆਂ ਦੀ ਓੜ, ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਪਾਤਸ਼ਾਹ ਜੀ, ਆਪ ਜੀ ਦੇ ਚਲਣਾ ਕਮਲਾਂ ਵਿਖੇ ਅਰਦਾਸ ਬੇਨਤੀ ਰਜੋਈ ਹੈ। ਗੁਰਦੁਆਰਾ ਸ਼ਹੀਦਗੰਜ ਮੁਸ਼ਕਿਆਣਾ ਸਾਹਿਬ ਵਿਖੇ ਸਤਿਗੁਰੂ ਪਾਤਸ਼ਾਹ ਜੀਓ ਅੰਮ੍ਰਿਤ ਵੇਲੇ ਤੋਂ ਆਪ ਜੀ ਦੀ ਹਜ਼ੂਰੀ ਵਿਖੇ ਦੀਵਾਨ ਸਜਿਆ, ਸਜੇ ਹੋਏ ਦੀਵਾਨ ਅੰਦਰ ਆਪ ਜੀ ਦੇ ਪਾਵਨ ਪਵਿੱਤਰ ਸਰੂਪ ਦੇ ਪ੍ਰਕਾਸ਼ਮਾਨ ਦੀ ਸੇਵਾ ਹੋਈ। ਪੰਜਾਂ ਬਾਣੀਆਂ ਦਾ ਨਿਤਨੇਮ, ਸ੍ਰੀ ਆਸਾ ਜੀ ਦੀ ਵਾਰ ਦਾ ਸੰਪੂਰਨ ਕੀਰਤਨ, ਕਥਾ ਵਿਚਾਰ, ਅਨੰਦ ਸਾਹਿਬ ਜੀ ਦੀ ਗੁਰਬਾਣੀ ਦੀਆਂ 6 ਪੌੜੀਆਂ ਦਾ ਕੀਰਤਨ ਹੋਇਆ। ਸਤਿਗੁਰੂ ਪਾਤਸ਼ਾਹ ਜੀ ਸਮੁੱਚੀ ਸੇਵਾ ਨਿਭਾਉਂਦਿਆਂ ਹੋਈ ਭੁੱਲ ਚੁੱਕ ਦੀ ਮੁਆਫ਼ੀ ਬਖਸ਼ਣੀ, ਅਗਾਹਾਂ ਤੋਂ ਸਮਤ ਬਖਸ਼ਿਸ਼ ਕਰਨੀ, ਆਈ ਹੋਈ ਸਤਸੰਗਤ ਦੀ ਹਾਜ਼ਰੀ ਪ੍ਰਵਾਨ ਕਰਨੀ, ਤਿਲ ਫੁੱਲ ਭੇਟਾਵਾਂ ਪ੍ਰਵਾਨ ਕਰਨੀਆਂ, ਕਦਮ ਕਦਮ ਲੇਖੇ ਲਾਉਣੇ, ਗੁਰਬਾਣੀ ਕੀਰਤਨ ਕਥਾ ਦਾ ਭਾਵ ਸੰਗਤਾਂ ਦੇ ਹਿਰਦਿਆਂ ਦੇ ਵਸਾਉਣਾ, ਪਾਤਸ਼ਾਹ ਜੀ ਆਪ ਜੀ ਦੇ ਦਰ ਘਰ ਦੇ ਪ੍ਰੀਤਵਾਨ ਭਾਈ ਜਗਦੀਪ ਸਿੰਘ ਸਪੁੱਤਰ ਭਾਈ ਬਲਵੀਰ ਸਿੰਘ ਵੱਲੋਂ ਸ਼ੁਕਰਾਨੇ ਵਜੋਂ ਅਤੇ ਚੜ੍ਹਦੀ ਕਲਾ ਵਾਸਤੇ ਸ੍ਰੀ ਅਖੰਡ ਪਾਠ ਸਾਹਿਬ ਜੀ ਦਾ ਭੋਗ ਪਵਾਇਆ। ਭਾਈ ਬਲਵੀਰ ਸਿੰਘ ਵੱਲੋਂ ਦੇਹ ਅਰੋਗਤਾ ਵਾਸਤੇ ਅਰਦਾਸ ਬੇਨਤੀ, ਸੰਗਤਾਂ ਵਾਸਤੇ ਚਾਹ ਬਦਾਨੇ ਦੀ ਸੇਵਾ ਕੀਤੀ। ਬੀਬੀ ਪਰਮਿੰਦਰ ਕੌਰ ਅਤੇ ਭਾਈ ਦਵਿੰਦਰ ਸਿੰਘ ਵੱਲੋਂ ਮਨੋਕਾਮਨਾ ਅਤੇ ਵਿਦੇਸ਼ਾਂ ਦੇ ਕਾਲਜ ਦੀ ਸਫਲਤਾ ਪੂਰੀ ਹੋਣ ਵਾਸਤੇ ਅਰਦਾਸ ਬੇਨਤੀ, ਦੇਗ ਦੀ ਦਸਤ ਕਰਕੇ ਸੇਵਾ ਹੋਈ। ਮਾਸਟਰ ਹਰਦਿਆਲ ਸਿੰਘ ਲਿੰਕ ਰੋਡ ਮੁੱਲਾਂਪੁਰ ਵੱਲੋਂ ਮਨ ਦੀਆਂ ਭਾਵਨਾਵਾਂ ਸੰਪੂਰਨ ਅਤੇ ਪਰਿਵਾਰ ਦੀ ਚੜ੍ਹਦੀ ਕਲਾ ਵਾਸਤੇ ਦੇਗ ਵਾਸਤੇ ਮਾਇਆ ਕਰਕੇ ਸੇਵਾ ਕੀਤੀ। ਭਾਈ ਗੁਰਦੇਵ ਸਿੰਘ ਕਲੇਰ ਕਨੇਡਾ ਨਿਵਾਸੀ ਵੱਲੋਂ ਕਰ ਸੇਵਾ ਲਈ ਮਾਇਆ ਕਰਕੇ ਸੇਵਾ ਹੋਈ। ਸੇਵਕਾਂ ਦੀਆਂ ਕੀਤੀਆਂ ਸੇਵਾਵਾਂ ਥਾਂਏ ਪਾਉਣੀਆਂ, ਦਰੋਂ ਕਰੋਂ ਗੁਰਸਿੱਖੀ ਨਾਮ ਦਾਨ, ਸਿੱਧਕ ਭਰੋਸੇ ਦੀ ਦਾਤ ਬੋਸ਼ ਕਰਕੇ ਨਿਹਾਲ ਕਰਨਾ, ਨਗਰ 'ਤੇ ਮਿਹਰ ਭਰਿਆ ਹੱਥ ਰੱਖਣਾ, ਖਾਲਸਾ ਪੰਥ ਦੀ ਚੜ੍ਹਦੀ ਕਲਾ ਕਰਨੀ, ਚੜ੍ਹਦੀ ਕਲਾ ਦੇ ਅਨੁਸਾਰ ਗੁਰਸਿੱਖੀ ਦੇ ਪ੍ਰਚਾਰ ਕਰਾਉਣੇ। ਪਾਤਸ਼ਾਹ ਜੀ ਸਜੇ ਹੋਏ ਦੀਵਾਨ ਦੇ ਭੋਗ ਨੂੰ ਮੁੱਖ ਰੱਖਦੇ ਹਾਂ, ਕੜਾਹ ਪ੍ਰਸ਼ਾਦੀ ਦੇਗ ਤਿਆਰ ਕਰਕੇ ਆਪ ਜੀ ਦੀ ਹਜ਼ੂਰੀ ਵਿਖੇ ਸਜਾਈ ਦੇਗ ਤਿਆਰ ਕਰਦੇ ਹਾਂ, ਬਾਣੀ ਪੜ੍ਹਦੇ ਹਾਂ, ਹੋਈ ਭੁੱਲ ਚੁੱਕ ਦੀ ਮੁਆਫ਼ੀ ਬਖਸ਼ਣੀ, ਅਗਾਹਾਂ ਤੋਂ ਸਮਤ ਬਖਸ਼ਿਸ਼ ਕਰਨੀ, ਇਸ ਵਕਤ ਕਰੋ ਕਿਰਪਾ ਕਰੀ, ਪਾਕ ਸਾਲ ਸੋਚ ਪਵਿੱਤਰ ਹੁਣ ਲਾਭ ਭੋਗ ਹਰਦਾਏ, ਸਤਿਗੁਰੂ ਸਾਹਿਬ ਜੀ ਪਾਵਨ ਪਵਿੱਤਰ ਹੁਕਮਨਾਮਾ ਬਖਸ਼ੋ ਅਤੇ ਹੁਕਮਨਾਮੇ ਅਨੁਸਾਰ ਚੱਲਣ ਦੀ ਸੋਝੀ ਬਖਸ਼ੋ, ਸਹੀ ਪਿਆਰੇ ਮਿਲੋ ਜਿਨ੍ਹਾਂ ਮਿਲਿਆ ਆਪ ਜੀ ਦਾ ਨਾਮ ਚਿੱਤ ਆਵੇ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੁਹਰਾ ਗਿਆ ਭਈ ਅਕਾਲ ਕੀ, ਸਭ ਸਿੱਖਣ ਕੋ ਹੁਕਮ ਹੈ, ਗੁਰੂ ਗ੍ਰੰਥ ਜੀ ਮਾਨਿਓ, ਜੋ ਪ੍ਰਭ ਕੋ ਮਿਲ ਬੋਚ ਹੈ, ਰਾਜ ਕਰੇਗਾ ਖਾਲਸਾ, ਖੁਆਰ ਹੋਏ ਸਾ ਮਿਲੇਂਗੇ। ਵਾਹਿਗੁਰੂ ਨਾਮ ਜਹਾਜ ਹੈ, ਜੋ ਸ਼ਰਧਾ ਕਰ ਸੇਵ ਦੇ, ਜੋ ਸ਼ਰਧਾ ਕਰ ਸੇਵ ਦੇ, ਬੋਲੇ ਸੋ ਨਿਹਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਵਾਹਿਗੁਰੂ ਜੀ ਸੋਰਠ ਮਹੱਲਾ ਪੰਜਵਾ, ਗੁਰਪੂਰੈ ਚਰਨੀ ਲਾਇਆ, ਹਰ ਸੰਗ ਸਹਾਈ ਪਾਇਆ, ਜ
जह जाइए तह सुहिले कर कृपा प्रभ मिले गुरपुरे चरनी लाया हर संग सहाई पाया जह जाइए तह सुहिले कर कृपा प्रभ मिले हर गुण गावहु सदा सुभाई मन चिंदे सगले फल पावहु जी कै संग सहाई रहाओ नारायण प्राण अधारा हम संत जनारे नारा पतत पुनीत कर लीने कर कृपा हर जस दीने पार ब्रह्म करे प्रतपल्ला सद जी संग रखवाला हर दिन रैन कीर्तन गाइए बहुड़ न जोनी पाइए जिस देवै पुरख विदाता हर रस तिन ही जाता जम कंकर नेड़ न आया सुख नानक शरणी पाया जिस देवै पुरख विदाता हर रस तिन ही जाता जम कंकर नेड़ ना आया सुख नानक शरणी पाया वाहिगुरु जी का खालसा वाहिगुरु जी की फतेह थान गुरुद्वारा शहीद गंज मुशकियाणा साहिब विखे अमृत वेले दे सजे होए दीवान अंदर हाजरी पर करके अपने जीवन दियां अमोलक घड़ियां दे ताई सफल बना रहे हो सो सर संगत जी जिन्हां संगतां वल्लों विशेष करके गुरु घर वास्ते सेवावां होईयां ने उहनां दे नाम इस प्रकार हन भाई जगदीप सिंह सपुत्र भाई बलबीर सिंह इहनां दे परिवार वल्लों श्री अखंड पाठ साहिब दा भोग पवाया गया संगतां वास्ते चाह बदाने की सेवा कीती अते गुरु घर वास्ते कार सेवा लई 1100 रुपए करके सेवा कीती है सो कोई भी परिवारक मैंबर सतगुरु साहिब जी की हजूरी विखे पहुँच करके गुरु घर वल्लों सरोपे की दात प्राप्त करन बोले सो निहाल इसे तरह भाई गुरदेव सिंह गिल कनेडा निवासी इन्हों वालों कर सेवा लई 1500 रुपए करके सेवा हुई है सो कोई भी परिवारक मैंबर सतगुरु साहिब जी की हजूरी विखे पहुँच करके गुरु घर वालों सरोपे की दात प्राप्त करन बोले सो निहाल दसवीं कबियो बात बेनती चौपाई हमरी करो हाथ दे रक्षा चरणन मन रह हमारा जान करो हमरे दुष्ट सब तुम काब हो सुखी बसे मोरो परिवार मोर शानिज कर दे करिये पूरन होए हमारी आसा तुम्हें शार कोई अवर न त्याऊ सेवक सिख हमारे तारिय है आप हाथ दे मुझे उबरिय जो सदा हमारे पच्छा राख ले हूँ मोहे राखन हारे
ਦੀਨ ਬੰਧ ਦੁਸ਼ਟਨ ਕੇ ਹੰਤਾ ਕਾਲ ਪਾਏ ਬ੍ਰਹਮਾ ਬਵਤਰਾ ਕਾਲ ਪਾਏ ਕਰ ਵਿਸ਼ਨੂੰ ਪ੍ਰਕਾਸ਼ਾ ਜਮਨ ਕਾਲ ਜੋਗੀ ਸਿਵ ਕੀਓ ਜਮਨ ਕਾਲ ਸਭ ਲੋਕ ਸਵਾਰਾ ਜਮਨ ਕਾਲ ਸਭ ਜਗਤ ਬਨਾਇਓ ਆਦਿ ਅੰਤ ਏਕਾ ਅਵਤਾਰਾ ਨਮਸਕਾਰ ਤਿਸ ਹੀ ਕੋ ਹਮਾਰੀ ਸਿਵ ਕਨ ਕੋ ਸਭ ਗੁਣ ਸੁਖ ਦਿਓ ਕਟ ਕਟ ਕੇ ਅੰਤਰ ਕੀ ਜਾਣਤ ਕੀਤੀ ਤੇ ਕੁੰਚਰ ਅਸਥੂਲ ਸੰਤਨ ਦੁਖ ਪਾਏ ਤੇ ਦੁਖੀ ਏਕ ਏਕ ਕੀ ਪੀਰ ਪਛਾਨ ਜਬ ਯੁੱਧ ਕਰਖ ਕਰਾ ਕਰਤਾਰਾ ਜਬ ਆ ਕਰਖ ਕਰਤ ਹੋ ਕਬਹੂ ਜੇਤੇ ਬਦਨ ਸ੍ਰਿਸ਼ਟ ਸਭ ਧਾਰੈ ਤੁਮ ਸਭ ਹੀ ਤੇ ਰਹਿਤ ਨਿਰਾਲਮ ਨਿਰੰਕਾਰ ਨਿਰਵਿਕਾਰ ਨਿਰਲੰਬ ਕਾਕਾ ਮੂੜ ਉਚਾਰਤ ਭੇਦਾ ਕਾਕਾ ਕਰ ਪਾਹਨ ਅਨੁਮਾਨਤ ਮਹਾਦੇਵ ਕਉ ਕਹਿਤ ਸਦਾ ਸ਼ਿਵ ਆਪ ਆਪਣੀ ਬੁੱਧ ਹੈ ਜੇਤੀ ਤੁਮਰਾ ਲਖਨ ਜਾਏ ਪਸਾਰਾ ਏਕੈ ਰੂਪ ਅਨੂਪ ਸਰੂਪ ਅੰਡਜ ਜੇ ਰਜ ਸਿਧ ਜਕੀਨੇ ਕਹੂੰ ਫੂਲ ਰਾਜਾ ਹੋਇ ਬੈਠਾ ਸਿਗਰੀ ਸ੍ਰਿਸ਼ਟ ਦਿਖਾਏ ਅਚੰਪਵ ਵਰਿਸ਼ਾ ਮੇਰੀ ਤੁਮ ਕਰੋ ਦੁਸ਼ਟ ਜਿਤੇ ਉਠਵਤ ਉਤਪਾਤਾ ਜੇ ਅਸ ਤੁਝ ਤਵ ਸ਼ਰਨੀ ਪਰੇ ਪੁਰਖ ਜਮਨ ਪਗ ਪਰੇ ਤਿਹਾਰੀ ਜੋ ਕਲ ਕੋ ਇੱਕ ਬਾਰ ਧਿਆ ਹੈ ਰਸ਼ਾ ਹੋਏ ਤਾਂ ਹੀ ਸਭ ਕਲ ਕਿਰਪਾ ਦ੍ਰਿਸ਼ਟ ਤਨ ਜਾਹੇ ਨਿਹਰਿ ਹੋ ਰਿਧ ਸਿਧ ਕਰਮੋ ਸਭ ਹੋਈ ਏਕ ਬਾਰ ਜੰਤ ਮੈਂ ਸੰਭਾਰਾ ਜਿਨਰ ਨਾਮ ਤਿਹਾਰੋ ਕਹਾ ਖੜਕ ਕੇਤ ਮੈਂ ਸ਼ਰਨ ਤਿਹਾਰੀ ਸਰਬ ਠਾਰ ਮੋਹ ਸਹਾਈ ਕਿਰਪਾ ਕਰੀ ਹਮ ਪਰ ਜਗ ਮਾਤਾ ਕਿਲਮਿਕ ਸਕਲ ਦੇਹ ਕੋ ਹਰਤਾ ਸ੍ਰੀ ਅਸਤੁਜ ਭੈ ਦਇਆਲਾ ਮਨ ਬਾਸ਼ਤ ਫਲ ਪਾਵੈ ਸੋਈ ਅੜਿਲ ਸੁਨੈ ਗੁੰਗ ਯੋ ਯਾਹ ਸੁਰਸ ਨ ਪਾਵਈ ਦੁਖ ਦਰਦ ਪਾਉ ਨਿਕਟ ਨ ਤਿਨ ਨਰ ਕੀ ਰਹੈ ਚੌਪਈ ਸੰਬਦ ਸਤਰੈ ਸਹਿਸ ਪਨਿਜ ਹਾਦਰਵ ਸੁਨੀ ਅਸ਼ਟਮੀ ਰਵਵਾਰਾ ਸਵਈਆ ਪਾਈ ਕਹੇ ਜਬ ਤੇ ਤੁਮਰੇ ਰਾਮ ਰਹੀਮ ਪੁਰਾਨ ਕੁਰਾਨ ਸਿਮ੍ਰਿਤ ਸ਼ਾਸਤਰ ਵੇਦ ਸਭੈ ਸ੍ਰੀ ਅਸਪਾਨ ਕ੍ਰਿਪਾ ਤੁਮਰੀ ਕਰ ਦੁਹਰਾ ਸਗਲ ਦੁਆਰ ਕਉ ਛਾੜ ਕੈ ਮਹੇ ਗਹੇ ਕੀ ਲਾਜ ਅਸ ਸਗਲ ਦੁਆਰ ਕਉ ਛਾੜ ਕੈ ਮਹੇ ਗਹੇ ਕੀ ਲਾਜ ਅਸ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।